ਪਕ ਸਾਥੀਓ ਤੇ ਪਿਆਰੇ ਬੱਚਿਓ ਪਿਆਰਪਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਕੂਲ ਨਿਊਜ਼ ਤੇ ਤੇ ਪਿਆਰੇ ਬੱਚਿਓ ਅੱਜ ਆਪਾਂ ਕਰਾਂਗੇ ਹਰ ਰੋਜ਼ ਦੀ ਤਰ੍ਹਾਂ 13 ਮਾਰਚ ਦੀ ਮਾਰਨਿੰਗ ਸਲਾਈਡ ਪਿਛੇ ਜੇਕਰ ਤੁਸੀਂ ਕਿਸੇ ਵੀ ਡੇਟ ਦੀ ਕੋਈ ਵੀ ਮਾਰਨਿੰਗ ਸਲਾਈਡ ਨਹੀਂ ਦੇਖੀ ਤਾਂ ਉਹ ਆਪਣੇ ਚੈਨਲ ਤੇ ਸਾਰੀਆਂ ਵੀਡੀਓ ਅਪਲੋਡ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਫਰਸਟ ਤੋਂ ਲੈ ਕੇ ਫਿਫਥ ਤੱਕ ਦੇ ਜਿਹੜੇ ਪ੍ਰਾਇਮਰੀ ਦੇ ਪੇਪਰ ਚੱਲ ਰਹੇ ਹੈ ਉਹਨਾਂ ਦੇ ਮਾਡਲ ਪੇਪਰ ਵੀ ਆਪਣੇ ਚੈਨਲ ਤੇ ਅਪਲੋਡ ਹੁੰਦੇ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਉਹ ਤੁਹਾਨੂੰ ਫਾਈਨਲ ਪੇਪਰ ਦੇ ਵਿੱਚ ਕਾਫੀ ਹੈਲਪ ਕਰਦੇ ਹੈ ਤੇ ਇਸ ਦੇ ਨਾਲ ਹੀ ਅਧਿਆਪਕ ਸਾਥੀਆਂ ਨੂੰ ਪੀਡੀਐਫ ਚਾਹੀਦੀ ਹੁੰਦੀ ਹੈ ਮਾਰਨਿੰਗ ਸਲਾਈਡ ਦੀ ਉਹਦਾ ਲਿੰਕ ਆਪਾਂ ਦੋਨਾਂ ਜਗ੍ਹਾ ਪ੍ਰੋਵਾਈਡ ਕਰਵਾਉਨੇ ਆ ਕਮੈਂਟ ਬਾਕਸ ਦੇ ਵਿੱਚ ਵੀ ਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਉੱਥੇ ਜਾ ਕੇ ਤੁਸੀਂ Telegram join ਕਰ ਲੈਣਾ ਤੇ ਉੱਥੇ ਤੁਹਾਨੂੰ ਇਹ PDF ਮਿਲ ਜੂਗੀ ਤੇ ਹੁਣ ਆਪਾਂ ਕਰਦੇ ਹਾਂ 13 ਮਾਰਚ ਦੀ ਮਾਰਨਿੰਗ ਸਲਾਈਡ ਅੱਜ ਦਾ ਦਿਨ ਬੁੱਧਵਾਰ ਅੱਜ ਦੀ ਮਿਤੀ 13 ਮਾਰਚ 2024 ਅੱਜ ਦਾ ਵਿਚਾਰ ਪਿਆਰੇ ਬੱਚੋ ਅੱਜ ਦਾ ਵਿਚਾਰ ਹੈ ਹਰ ਦਿਨ ਸਾਨੂੰ ਇੱਕ ਨਵਾਂ ਮੌਕਾ ਪ੍ਰਦਾਨ ਕਰਦਾ ਹੈ ਤਾਂ ਪਿਆਰੇ ਬੱਚੋ ਹਰ ਦਿਨ ਜਦੋਂ ਨਵਾਂ ਦਿਨ ਚੜ੍ਹਦਾ ਹੈ ਸਵੇਰ ਹੁੰਦੀ ਹੈ ਤੇ ਆਪਾਂ ਨੂੰ ਇੱਕ ਨਵਾਂ ਮੌਕਾ ਮਿਲਦਾ ਹੈ ਕੁਝ ਨਵਾਂ ਕਰਨ ਦਾ ਜੇ ਪਿਛਲੇ ਆਪਾਂ ਦਿਨ ਕੁਝ ਨਹੀਂ ਕਰ ਪਾਏ ਜੇ ਆਪਾਂ ਆਪਣਾ ਇੱਕ ਦਿਨ ਮਿਸ ਕਰ ਦਿੱਤਾ ਹੈ ਤੇ ਅਗਲੇ ਦਿਨ ਆਪਾਂ ਨੂੰ ਫਿਰ ਨਵਾਂ ਮੌਕਾ ਮਿਲਿਆ ਹੈ ਤੇ ਆਪਾਂ ਉਸ ਦਿਨ ਦੀ ਸੰਭਾਲ ਕਰੀਏ ਜੋ ਵੀ ਦਿਨ ਦੇ ਵਿੱਚ ਆਪਾਂ ਨੂੰ ਸਕੂਲ ਦੇ ਵਿੱਚ ਕਰਵਾਇਆ ਜਾਂਦਾ ਹੈ ਉਸ ਤੇ ਪੂਰਾ ਅਮਲ ਕਰੀਏ ਜੋ ਟੀਚਰ ਅਧਿਆਪਕ ਵੱਲੋਂ ਸਿਖਾਇਆ ਜਾਂਦਾ ਹੈ ਉਸ ਨੂੰ ਪੂਰੀ ਤਰ੍ਹਾਂ ਸਿੱਖੀਏ ਤੇ ਉਸ ਨੂੰ ਕਰੇ ਜਾ ਕੇ ਆਪਣਾ ਹੋਮਵਰਕ ਦੀ ਤਰ੍ਹਾਂ ਰਿਪੀਟ ਕਰੀਏ ਤੇ ਉਹ ਜਿਹੜਾ ਆਪਾਂ ਨੂੰ ਕੁਝ ਨਾ ਕੁਝ ਨਵਾਂ ਸਿਖਾਉਂਦਾ ਰਹਿੰਦਾ ਹੈ ਤੇ ਇਦਾਂ ਹੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਅਗਲਾ ਦਿਨ ਜਿਹੜਾ ਨਵਾਂ ਦਿਨ ਚੜਦਾ ਹੈ ਉਹ ਸਾਨੂੰ ਕੁਝ ਨਾ ਕੁਝ ਨਵਾਂ ਸਿਖਾ ਕੇ ਜਾਂਦਾ ਹੈ ਬਸ ਸ਼ਰਤ ਇਹ ਹੈ ਕਿ ਆਪਣੀ ਸਿੱਖਣ ਦੀ ਇੱਛਾ ਹੋਣੀ ਚਾਹੀਦੀ ਹੈ ਤੇ ਜੇਕਰ ਕਿਸੇ ਦੀ ਇੱਛਾ ਹੀ ਨਹੀਂ ਹੈ ਸਿੱਖਣ ਦੀ ਤਾਂ ਫਿਰ ਉਸ ਵਾਸਤੇ ਨਵਾਂ ਦਿਨ ਚੜੇ ਜਾਂ ਪਿਛਲਾ ਦਿਨ ਹੋਵੇ ਉਸ ਵਾਸਤੇ ਕਿਸੇ ਵੀ ਚੀਜ਼ ਦਾ ਕੋਈ ਵੀ ਮੌਕਾ ਨਹੀਂ ਹੁੰਦਾ ਤੇ ਇਸ ਕਰਕੇ ਬੱਚਿਓ ਹਰ ਦਿਨ ਤੁਹਾਨੂੰ ਇੱਕ ਨਵਾਂ ਮੌਕਾ ਮਿਲ ਜਾਂਦਾ ਹੈ ਤੇ ਨਵੇਂ ਦਿਨ ਨੂੰ ਪੂਰੀ ਤਰ੍ਹਾਂ ਜਿਹੜਾ ਯੂਟਿਲਾਈਜ਼ ਕੀਤਾ ਕਰੋ ਤੇ ਵਧੀਆ ਤਰੀਕੇ ਨਾਲ ਪੜ੍ਹਾਈ ਕਰਿਆ ਕਰੋ ਤੇ ਹੁਣ ਜਿਹੜੇ ਪੇਪਰ ਚੱਲ ਰਹੇ ਪੇਪਰਾਂ ਤੋਂ ਬਾਅਦ ਨਵੇਂ ਸੈਸ਼ਨ ਸ਼ੁਰੂ ਹੋਣੇ ਤੇ ਨਵੇਂ ਕਲਾਸਾਂ ਦੇ ਵਿੱਚ ਤੁਸੀਂ ਵਧੀਆ ਤਰੀਕੇ ਦੇ ਨਾਲ ਪਹਿਲੇ ਦਿਨ ਤੋਂ ਪੜ੍ਹਾਈ ਕਰਨੀ ਹੈ ਤੇ ਹੁਣ ਆਪਾਂ ਕਰਾਂਗੇ ਅੱਗੇ ਗਿਆਨ ਵਿਗਿਆਨ ਦੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ 올림픽 ਖੇਡਾਂ ਕਿੰਨੇ ਸਾਲ ਬਾਅਦ ਹੁੰਦੀਆਂ ਤਾਂ ਪਿਆਰੇ ਬੱਚੋ ਜਿਹੜੀਆਂ 올림픽 ਖੇਡਾਂ ਹੁੰਦੀਆਂ ਉਹ ਹੁੰਦੀਆਂ ਪੂਰੇ 4 ਸਾਲ ਬਾਅਦ ਉਸ ਤੋਂ ਬਾਅਦ ਹੈ ਰੋਜ਼ ਗਾਰਡਨ ਕਿੱਥੇ ਸਥਿਤ ਹੈ ਤਾਂ ਪਿਆਰੇ ਬੱਚੋ ਜਿਹੜਾ ਰੋਜ਼ ਗਾਰਡਨ ਹੈ ਉਸਥਿਤ ਹੈ ਚੰਡੀਗੜ੍ਹ ਦੇ ਵਿੱਚ ਤੇ ਚੰਡੀਗੜ੍ਹ ਕੀ ਹੈ ਪੰਜਾਬ ਦੀ ਰਾਜਧਾਨੀ ਉਸ ਤੋਂ ਬਾਅਦ ਮਨੁੱਖੀ ਸਰੀਰ ਵਿੱਚ ਕਿੰਨੇ ਪ੍ਰਤੀਸ਼ਤ ਪਾਣੀ ਹੁੰਦਾ ਹੈ ਤਾਂ ਪਿਆਰੇ ਬੱਚੋ ਜਿਹੜਾ ਮਨੁੱਖ ਦਾ ਸਰੀਰ ਹੈ ਆਪਣਾ ਸਰੀਰ ਹੈ ਉਹਦੇ ਵਿੱਚ ਜਿਹੜਾ 50% ਤੋਂ 65% ਜਿਹੜਾ ਪਾਣੀ ਹੁੰਦਾ ਹੈ ਆਪਣਾ ਸਰੀਰ ਪਾਣੀ ਤੇ ਡਿਪੈਂਡ ਹੈ ਪਾਣੀ ਦਾ ਬਣਿਆ ਹੁੰਦਾ ਹੈ 50 ਤੋਂ 60% ਇਸ ਕਰਕੇ ਆਪਾਂ ਕਹਿੰਦੇ ਆ ਪਾਣੀ ਬਹੁਤ ਜ਼ਰੂਰੀ ਹੈ ਪਾਣੀ ਤੋਂ ਬਿਨਾ ਜੀਵਨ ਸੰਭਵੀ ਨਹੀਂ ਹੈ ਕਿਉਂਕਿ ਆਪਾਂ ਰੋਟੀ ਖਾਦੇ ਬਿਨਾ ਫਿਰ ਵੀ ਰਹਿ ਸਕਦੇ ਆ ਪਰ ਜੇ ਪਾਣੀ ਨਾ ਪੀਵਾਂਗੇ ਤਾਂ ਆਪਣੇ ਸਰੀਰ 'ਚ ਪਾਣੀ ਦੀ ਕਮੀ ਹੋਣ ਕਾਰਨ ਆਪਣਾ ਬਿਮਾਰੀਆਂ ਤੇ ਆਪਣੀ ਮੌਤ ਤੱਕ ਵੀ ਹੋ ਸਕਦੀ ਹੈ ਇਸ ਕਰਕੇ ਪਾਣੀ ਦੀ ਸੰਭਾਲ ਵੀ ਜ਼ਰੂਰੀ ਹੈ ਤੇ ਪਾਣੀ ਸਿਹਤ ਲਈ ਵੀ ਬਹੁਤ ਜ਼ਰੂਰੀ ਹੈ ਉਸ ਵਾਇਟਾਮਿਨ B ਦੀ ਘਾਟ ਕਾਰਨ ਕਿਹੜੀ ਬਿਮਾਰੀ ਹੁੰਦੀ ਹੈ ਤਾਂ ਪਿਆਰੇ ਬੱਚੋ ਵਿਟਾਮਿਨ B ਦੀ ਘਾਟ ਨਾਲ ਜਿਹੜੀ ਬਿਮਾਰੀ ਹੁੰਦੀ ਹੈ ਉਹ ਹੋ ਜਾਂਦੀ ਹੈ 베ਰੀ 베리 ਰੋਗ ਦਾ ਨਾਮ ਕੀ ਹੈ ਬੇਰੀ ਬੇਰੀ ਉਸ ਤੋਂ ਬਾਅਦ ਪਿੰਡ ਦੀ ਪੰਚਾਇਤ ਕਿੰਨੇ ਸਮੇਂ ਲਈ ਚੁਣੀ ਜਾਂਦੀ ਹੈ ਤਾਂ ਪਿਆਰੇ ਬੱਚੋ ਤੁਸੀਂ ਪਿੰਡਾਂ ਦੇ ਵਿੱਚ ਸਰਪੰਚ ਦੇਖਿਆ ਹੋਣੇ ਆ ਤੇ ਉਹ ਜਿਹੜੀ ਪੰਚਾਇਤ ਹੁੰਦੀ ਹੈ ਉਹ 5 ਸਾਲ ਬਾਅਦ ਚੁਣੀ ਜਾਂਦੀ ਹੈ 5 ਸਾਲ ਬਾਅਦ ਫਿਰ ਵੋਟਾਂ ਹੋ ਕੇ ਨਵਾਂ ਸਰਪੰਚ ਬਣਦਾ ਹੈ ਉਸ ਤੋਂ ਬਾਅਦ ਅੱਗੇ ਆਓ ਬੁਝਿਏ ਇੱਕ ਥਾਲ ਮੋਤੀਆਂ ਭਰਿਆ ਸਭ ਦੇ ਸਿਰ ਤੇ ਉਲਟਾ ਧਰਿਆ ਥਾਲ ਨਿਤ ਫਿਰੇ ਮੋਤੀਆਂ ਵਿੱਚ ਮੋਤੀ ਵਿੱਚੋਂ ਇੱਕ ਨਾ ਗire ਤਾਂ ਪਿਆਰੇ ਬੱਚੋ ਇਹ ਹੁੰਦਾ ਹੈ ਜਿਹੜੇ ਤਾਰੇ ਆਸਮਾਨ ਦੇ ਵਿੱਚ ਆਪਾਂ ਨੂੰ ਦਿਖਦੇ ਆ ਸਾਰਿਆਂ ਦੇ ਸਿਰ ਦੇ ਉੱਪਰ ਹੁੰਦੇ ਆ ਤੇ ਮੋਤੀਆਂ ਭਰਿਆ ਥਾਲਾ ਆਸਮਾਨ ਆਪਾਂ ਕਹਿੰਦੇ ਆ ਪੂਰੀ ਬਿਜਾਰਤਾ ਮਤਲਬ ਹੈ ਤਾਰੇ ਉਸ ਤੋਂ ਅੱਗੇ ਆ ਵਰਡ ਫਾਰ ਪ੍ਰੈਕਟਿਸ ਅੱਜ ਦੇ ਇੰਗਲਿਸ਼ ਦੇ ਵਰਡ ਅੱਜ ਦਾ ਜਿਹੜਾ ਪਹਿਲਾ ਇੰਗਲਿਸ਼ ਦਾ ਵਰਡ ਹੈ ਪਿਆਰੇ ਬੱਚੋ ਉਹ ਹੈ ਨੈਵਰ ਐਨ ਈ ਵੀ ਈ ਆਰ ਨੈਵਰ ਨੈਵਰ ਕੀ ਹੁੰਦਾ ਕਦੇ ਨਹੀਂ ਜਿੱਦਾਂ ਪਕੈ ਨੇ ਵੀ ਇਹ ਨਹੀਂ ਹੋਣਾ ਨੈਵਰ ਕਦੇ ਨਹੀਂ ਹੋਣਾ ਉਸ ਤੋਂ ਬਾਅਦ ਦੂਸਰਾ ਕੀ ਹੈ ਆਲਵੇਸ A L W A Y S ਆਲਵੇਸ ਆਲਵੇਸ ਕੀ ਹੁੰਦਾ ਹੈ ਹਮੇਸ਼ਾ ਜਿੱਦਾਂ ਕਹਿੰਦੇ ਨਾ ਆਈ ਆਲਵੇਸ ਵਿਦ ਯੂ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਉਸ ਤੋਂ ਅਗਿਆ ਟੂਮੋਰੋ T O M O R O W ਟੂਮੋਰੋ ਟੂਮੋਰੋ ਕੀ ਹੁੰਦਾ ਹੈ ਆਉਣ ਵਾਲਾ ਕੱਲ ਜਿੱਦਾਂ ਅੱਜ ਟੂਡੇ ਹੈ ਤੇ ਜਿਹੜਾ ਕੱਲ ਨੂੰ ਕੱਲ ਆਉਣਾ ਹੈ ਉਹਨੂੰ ਕਹਦੇ ਆ ਟੂਮੋਰੋ ਉਸ ਤੋਂ ਬਾਅਦ ਯੈਸਟਰਡੇ Y E S T E R D A Y ਯੈਸਟਰਡੇ ਯੈਸਟਰਡੇ ਕੀ ਹੁੰਦਾ ਹੈ ਬੀਤ ਗਿਆ ਕੱਲ ਜਿੱਦਾਂ ਅੱਜ ਟੂਡੇ ਹੈ ਤੇ ਜਿਹੜਾ ਪਿੱਛੇ ਮੰਗਲਵਾਰ ਲੰਘ ਗਿਆ ਉਹ ਕੀ ਹੋ ਗਿਆ ਯੈਸਟਰਡੇ ਤੇ ਜੋ ਅੱਗੇ ਆਊਗਾ ਮੰਨ ਲਓ ਵੀਰਵਾਰ ਆਊਗਾ ਅੱਜ ਬੁੱਧਵਾਰ ਹੈ ਤਾਂ ਜਿਹੜਾ ਵੀਰਵਾਰ ਆਊਗਾ ਉਹ ਹੋ ਗਿਆ ਟੂਮਾਰੋ ਉਸ ਤੋਂ ਬਾਅਦ ਹੈ ਐਵਰੀ ਡੇ E V E R D A Y ਐਵਰੀ ਡੇ ਐਵਰੀ ਡੇ ਕੀ ਹੁੰਦਾ ਹੈ ਹਰ ਰੋਜ਼ ਹਰ ਰੋਜ਼ ਜੋ ਤੁਸੀਂ ਕੰਮ ਕਰਦੇ ਹੋ ਉਹਨੂੰ ਆਪਾਂ ਕਹਿੰਦੇ ਹਾਂ ਐਵਰੀ ਡੇ ਤੇ ਪਿਆਰੇ ਬੱਚੋ ਤੇ ਅਧਿਆਪਕ ਸਾਥੀਓ ਇਹ ਸੀਗੀ 13 ਮਾਰਚ ਦੀ ਮਾਰਨਿੰਗ ਸਲਾਈਡ ਤੇ ਹਰ ਰੋਜ਼ ਦੀ ਤਰ੍ਹਾਂ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਵੀ ਤੁਹਾਨੂੰ ਪੀਡੀਐਫ ਚਾਹੀਦੀ ਹੁੰਦੀ ਹੈ ਉਹ ਟੈਲੀਗ੍ਰਾਮ ਤੇ ਮਿਲ ਜਾਂਦੀ ਹੈ ਤੇ ਬੱਚਿਆਂ ਦੇ ਗਰੁੱਪ ਵਿੱਚ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਨਾਲ ਦੀ ਨਾਲ ਬੱਚਿਆਂ ਨੂੰ ਮਾਰਨਿੰਗ ਅਸੈਂਬਲੀ ਦੇ ਵਿੱਚ ਦੱਸਿਆ ਕਰੋ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਘਰ ਤੋਂ ਸੁਣ ਕੇ ਆਉਣ ਕੁਐਸਚਨਾਂ ਨੂੰ ਯਾਦ ਕਰਕੇ ਆਉਣ ਤੇ ਮਾਰਨਿੰਗ ਅਸੈਂਬਲੀ ਦੇ ਵਿੱਚ ਕੁਐਸਚਨ ਪੁੱਟ ਅਫ ਕਰਿਆ ਕਰੋ ਬੱਚਿਆਂ ਤੋਂ ਤੇ ਬੱਚੇ ਬਹੁਤ ਵਧੀਆ ਰਿਪਲਾਈ ਦਿੰਦੇ ਆ ਤੇ ਬਹੁਤ ਵਧੀਆ ਰਿਸਪੌਂਸ ਦੇ ਦਿਆ ਬੱਚਿਆਂ ਦਾ ਮਾਰਨਿੰਗ ਅਸੈਂਬਲੀ ਦੇ ਵਿੱਚ ਇੰਟਰਸਟ ਵੀ ਬਣਦਾ ਹੈ ਤੇ ਇਸ ਤਰ੍ਹਾਂ ਉਹ ਨੌਲੇਜ ਦੇ ਵਿੱਚ ਉਹਨਾਂ ਦੇ ਵਾਧਾ ਵੀ ਹੁੰਦਾ ਹੈ ਤੇ ਮਾਰਨਿੰਗ ਅਸੈਂਬਲੀ ਦੇ ਵਿੱਚ ਬੱਚਿਆਂ ਦੀ ਗਿਣਤੀ ਵੀ ਵੱਧਦੀ ਹੈ ਜਦੋਂ ਆਪਾਂ ਇਹ ਪ੍ਰਕਿਰਿਆ ਸ਼ੁਰੂ ਕਰ ਦਿੰਦੇ ਹਾਂ ਤੇ ਇਸ ਕਰਕੇ ਬੱਚਿਆਂ ਤੱਕ ਇਹ ਮਾਰਨਿੰਗ ਸਲਾਈਡ ਜਰੂਰ ਸ਼ੇਅਰ ਕਰਾਇਆ ਕਰੋ ਤੇ ਨਾਲ ਦੀ ਨਾਲ ਖੁਦ ਵੀ ਟੀਚਰ ਸਾਹਿਬਾਨ ਇਸ ਮਾਰਨਿੰਗ ਸਲਾਈਡ ਨੂੰ ਜਰੂਰ ਦੇਖਿਆ ਕਰੋ ਬਹੁਤ ਕੁਝ ਜਿਹੜਾ ਸਿੱਖਣ ਨੂੰ ਮਿਲਦਾ ਹੈ ਥੈਂਕ ਯੂ ਜੀ